ਸਿੰਘ ਜੀ, ਆਪ ਜੀ ਇਹ ਜਾਣ ਕੇ ਹੈਰਾਨ ਹੋ ਗਏ ਕਿ ਮੈਂ ਆਪਣੀ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਕਿਸ ਤਰੀਕੇ ਨਾਲ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਪਹੁੰਚਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦੀ ਸਾਂਝ ਨਾਲ ਇੱਕ ਨਵੇਂ ਦਿਨ ਦੀ ਸ਼ੁਰੂਆਤ। ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿਹੜੀ ਦੇਸ਼ ਵਿਦੇਸ਼ ਵਿੱਚ ਬੈਠ ਕੇ ਸਾਡਾ ਪ੍ਰੋਗਰਾਮ ਸਪਿਰਚੁਅਲ ਜਰਨੀ ਆਫ ਦੈਟ ਅਰਬਨ ਟਰੈਵਲਰ ਯਾਤਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇਖਦੀਆਂ ਨੇ, ਸਭ ਦਾ ਇੱਕ ਵਾਰ ਫਿਰ ਸਵਾਗਤ। ਇਸ ਵਕਤ ਅਸੀਂ ਖਲੋਤੇ ਹੈਗੇ ਹਾਂ ਗੋਬਿੰਦ ਧਾਮ, ਜਿਹੜਾ ਕਿ ਗੋਬਿੰਦ ਘਾਟ ਤੋਂ ਤਕਰੀਬਨ 13 ਕਿਲੋਮੀਟਰ ਦੀ ਦੂਰੀ 'ਤੇ ਹੈ। ਕੱਲ੍ਹ ਰਾਤ ਅਸੀਂ ਇੱਥੇ ਪੁੱਜੇ ਸੀਗੇ, ਹੁਣ ਸਵੇਰੇ ਦਿਨ ਚੜਿਆ ਹੈਗਾ। ਇੱਥੋਂ ਤਕਰੀਬਨ 6 ਕਿਲੋਮੀਟਰ ਦੀ ਖੜ੍ਹੀ ਚੜ੍ਹਾਈ ਹੈਗੀ ਉੱਤੇ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਜਾਣ ਵਾਸਤੇ। ਅਤੇ ਅੰਦਰ ਚੱਲੇ ਹਾਂ, ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ, ਅਰਦਾਸ ਕਰਦੇ ਹਾਂ ਅਤੇ ਹਜ਼ੂਰ ਦਿਓ ਆਗਿਆ ਮੰਗ ਕੇ ਅਤੇ ਫਿਰ ਅੱਗੇ ਦੇ ਵੱਲ ਚਾਲੇ ਪਾਉਂਦੇ ਹਾਂ। ਤੁਸੀਂ ਵੀ ਸਾਡੇ ਨਾਲ ਇਸ ਯਾਤਰਾ ਦਾ ਹਿੱਸਾ ਬਣੋ ਅਤੇ ਬਣੇ ਰਹੋ ਅਤੇ ਸਾਡੇ ਨਾਲ ਵੇਖਦੇ ਰਹੋ ਇਹ ਯਾਤਰਾ, ਜਿਹੜੀ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਬਲੇ ਜਨਮ ਨਾਲ ਸੰਬੰਧਿਤ ਹੈਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂਦਿਆਂ ਦੇ ਵਿੱਚ ਕਰਿਆ ਸੀ ਜੋਸ਼ ਐਸਾ ਭਰਿਆ ਸੀ, ਵਾਹਿਗੁਰੂ ਜੀ ਵਾਹਿਗੁਰੂ, ਕਰ ਕੋਈ ਨਾ ਸਕਦਾ ਓ ਜੋ ਤੁਸਾਂ ਨੇ ਕਰਿਆ ਸੀ ਜੀ। ਗੁਰੂ ਗ੍ਰੰਥ ਚੋਂ ਜੀ ਤੇਰੇ ਪੰਥ ਚੋਂ, ਗੁਰੂ ਗ੍ਰੰਥ ਚੋਂ ਜੀ ਤੇਰੇ ਪੰਥ ਚੋਂ, ਦਾਤਾ ਮਿਲਣ ਬਥੇਰੀਆਂ ਵਾਵਾ ਰਮਜ਼ਾਂ, ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ, ਵਾਵਾ ਰਮਜ਼ਾਂ ਤੇਰੀਆਂ, ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ, ਵਾਵਾ ਰਮਜ਼ਾਂ ਤੇਰੀਆਂ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਬਾਬੇ ਮੌਤ ਮੂਰੇ ਅੜ ਗਏ ਸੀ ਜ਼ੁਲਮਾਂ ਦੇ ਨਾਲ ਲੜ ਗਏ ਸੀ, ਵਾਹਿਗੁਰੂ ਜੀ ਵਾਹਿਗੁਰੂ। ਸੰਗਤ ਜੀ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਉਪਰੰਤ ਹੁਣ ਆਪ ਜੀ ਨੂੰ ਅਸੀਂ ਦੱਸਣੇ ਹੈਗੇ ਹਾਂ ਗੁਰਦੁਆਰਾ ਸ਼੍ਰੀ ਗੋਬਿੰਦ ਧਾਮ ਦਾ ਇਤਿਹਾਸ। ਇਸ ਸਥਾਨ ਨੂੰ ਪੁਰਾਣੇ ਸਮੇਂ ਦੇ ਵਿੱਚ ਕਾਕਰੀਆ ਦੇ ਨਾਂ ਤੇ ਜਾਣਿਆ ਜਾਂਦਾ ਸੀਗਾ। ਇਹ ਉਹ ਸਥਾਨ ਜਿੱਥੇ ਅੱਜ ਮੈਂ 25 ਸਾਲ ਬਾਅਦ ਆਇਆ ਹੈਗਾ। ਇਸ ਸਥਾਨ ਦੇ ਉੱਤੇ ਸਭ ਕੁਝ ਬਦਲ ਚੁੱਕਿਆ ਹੈ। ਪਹਿਲੇ ਇੱਥੇ ਛੋਟਾ ਜਿਹਾ ਕਮਰਾ ਹੁੰਦਾ ਸੀ ਜਿੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਸਨ, ਅਤੇ ਇੱਕ ਛੋਟਾ ਜਿਹਾ ਪਿੰਡ ਹੁੰਦਾ ਸੀ। ਹੁਣ ਇੱਥੇ ਇੱਕ ਅੱਛਾ ਖਾਸਾ ਵੱਡਾ ਪਿੰਡ ਵੱਸ ਚੁੱਕਿਆ ਹੈਗਾ। ਗੁਰਦੁਆਰਾ ਸਾਹਿਬ ਬਹੁਤ ਵੱਡਾ ਬਣ ਗਿਆ ਹੈਗਾ, ਬਹੁਤ ਸੋਹਣਾ ਬਣ ਗਿਆ ਹੈ, ਅਤੇ ਇੱਥੇ ਹੁਣ ਹਜ਼ਾਰਾਂ ਲੋਕਾਂ ਦੇ ਰਹਿਣ ਦਾ ਅਤੇ ਲੰਗਰ ਕਰਨ ਦਾ ਇੰਤਜ਼ਾਮ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਵਾਸਤੇ ਤੁਹਾਨੂੰ 2 ਚਰਨਾਂ ਦੇ ਵਿੱਚ ਉੱਤੇ ਜਾਣਾ ਪੈਂਦਾ ਹੈ। ਪਹਿਲੇ ਗੋਬਿੰਦ ਘਾਟ ਤੋਂ ਗੋਬਿੰਦ ਧਾਮ, ਜਿੱਥੇ ਅਸੀਂ ਇਸ ਵਕਤ ਖਲੋਤੇ ਹਾਂ, ਜਿਹੜਾ ਕਿ ਤਕਰੀਬਨ 10 ਕਿਲੋਮੀਟਰ ਦੀ ਦੂਰੀ 'ਤੇ ਹੈ। ਉਪਰੰਤ ਇੱਥੋਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਸਤੇ ਜਿਹੜਾ ਕਿ ਇੱਥੋਂ ਤਕਰੀਬਨ 6 ਕਿਲੋਮੀਟਰ ਦੀ ਦੂਰੀ 'ਤੇ ਹੈ, ਅਤੇ ਉਹ ਪੂਰੀ ਖੜ੍ਹੀ ਚੜ੍ਹਾਈ ਹੈ। ਆਪ ਜੀ ਸਾਹਮਣੇ ਜਿਹੜੇ ਇੱਕ ਪੁਰਾਤਨ ਵਿਰਕਸ਼ ਦੇ ਦਰਸ਼ਨ ਕਰ ਰਹੇ ਹੋ, ਜਿਹੜਾ ਕਿ ਹੁਣ ਸੁੱਕ ਚੁੱਕਿਆ ਹੈਗਾ।
ਇਹਦੇ ਬਾਰੇ ਵਿੱਚ ਆਖਿਆ ਜਾਂਦਾ ਹੈਗਾ ਕਿ ਇਹ ਉਹ ਪੁਰਾਤਨ ਦਰਖਤ ਹੈ ਜਿਹਦੇ ਵਿੱਚ ਹਵਲਦਾਰ ਬਾਬਾ ਮੋਦਨ ਸਿੰਘ ਜੀ ਜਿਸ ਵਕਤ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਦੀ ਖੋਜ ਕਰ ਰਹੇ ਸੀਗੇ ਅਤੇ ਐਸੀ ਸਥਾਨ ਦੇ ਅੰਦਰ ਐਸੀ ਪੇੜ ਦੇ ਅੰਦਰ ਰਿਹਾ ਕਰਦੇ ਸੀਗੇ ਕਿਉਂਕਿ ਇੱਥੇ ਰਹਿਣ ਦਾ ਹੋਰ ਕੋਈ ਇੰਤਜ਼ਾਮ ਨਹੀਂ ਸੀਗਾ। ਪਹਿਲੇ ਇਹ ਦਰਖਤ ਜਿਹੜਾ ਸੀ ਗੁਰਦੁਆਰਾ ਸਾਹਿਬ ਦੇ ਬਾਉਂਡਰੀ ਤੋਂ ਬਾਹਰ ਹੁੰਦਾ ਸੀਗਾ, ਪਰ ਹੁਣ ਗੁਰਦੁਆਰਾ ਸਾਹਿਬ ਬਹੁਤ ਫੈਲ ਚੁੱਕਿਆ ਹੈਗਾ ਅਤੇ ਗੁਰਦੁਆਰੇ ਦੀ ਬਾਉਂਡਰੀ ਦੇ ਅੰਦਰ ਆਉਂਦਾ ਹੈ। ਅਰਦਾਸ ਦੇ ਦਰਸ਼ਨ ਕਰਨ ਤੋਂ ਉਪਰੰਤ ਹੁਣ ਅਸੀਂ ਚਾਲੇ ਪਾਉਣ ਦੀ ਤਿਆਰੀ ਕਰ ਰਹੇ ਹੈਗੇ ਹਾਂ। ਕੱਲ੍ਹ ਸ਼ਾਮ ਤੋਂ ਥੋੜ੍ਹੀ ਮੇਰੀ ਤਬੀਅਤ ਢਿੱਲੀ ਸੀਗੀ ਅਤੇ ਆਕਸੀਜਨ ਲੈਵਲ ਇੱਥੇ ਹਾਈਟ ਹੋਣ ਕਰਕੇ ਕਾਫੀ ਥੱਲੇ ਹੈਗਾ। ਮੈਂ ਆਕਸੀਮੀਟਰ ਨਾਲ ਬਾਰ ਬਾਰ ਚੈੱਕ ਕੀਤਾ ਅਤੇ ਉਹ 85 ਦੇ ਕਰੀਬ ਜਾ ਰਿਹਾ ਸੀ, ਜਿਹੜਾ ਕਿ ਪੁਆਇੰਟ ਆਫ ਕੰਸਰਨ ਸੀ ਮੇਰੇ ਵਾਸਤੇ। ਅਤੇ ਮੈਨੂੰ ਐਡਵਾਈਸ ਕੀਤਾ ਗਿਆ ਕਿ ਉੱਥੇ ਜਾਣ ਤੋਂ ਪਹਿਲੇ ਤੁਸੀਂ ਡਿਸਪੈਂਸਰੀ ਹੋ ਕੇ ਜਾਓ। ਅਸੀਂ ਪਹਿਲੇ ਡਿਸਪੈਂਸਰੀ ਜਾਂਦੇ ਹਾਂ, ਉੱਥੇ ਚੈੱਕਅਪ ਕਰਾਉਂਦੇ ਹਾਂ, ਉਸ ਤੋਂ ਉਪਰੰਤ ਫਿਰ ਉੱਥੇ ਦੇ ਚਾਲੇ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਅਸੀਂ ਡਿਸਪੈਂਸਰੀ ਆਏ ਸੀਗੇ, ਇੱਥੇ ਦੇ ਡਾਕਟਰ ਨੂੰ ਮੈਂ ਚੈੱਕਅਪ ਕਰਾਇਆ। ਚੈੱਕਅਪ ਕਰਾਉਣ ਤੋਂ ਬਾਅਦ ਮੈਨੂੰ ਇਹ ਪਤਾ ਲੱਗਿਆ ਕਿ ਮੇਰਾ ਜਿਹੜਾ ਆਕਸੀਜਨ ਲੈਵਲ ਹੈਗਾ ਉਹ 79 ਦੇ ਕਰੀਬ ਥੱਲੇ ਆ ਗਿਆ ਸੀਗਾ, ਜਿਸ ਕਰਕੇ ਉਹਨਾਂ ਨੇ ਮੈਨੂੰ ਨੈਬੁਲਾਈਜ਼ ਕੀਤਾ, ਆਕਸੀਜਨ ਦਿੱਤੀ ਅਤੇ ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਉਹਨਾਂ ਨੇ ਮੈਨੂੰ ਐਡਵਾਈਸ ਕੀਤਾ ਕਿ ਤੁਸੀਂ ਜੇ ਉੱਤੇ ਨਾ ਜਾਓ, ਕਿਉਂਕਿ ਮੈਨੂੰ ਆਲਰੇਡੀ ਸਟੰਟ ਪਿਆ ਹੋਇਆ ਹੈਗਾ ਅਤੇ ਮੇਰੀ ਜਿਹੜੀ ਪਲਸ ਰੇਟ ਹੈ ਉਹ ਵੀ ਕਾਫੀ ਵੱਧ ਜਾਇਆ ਕਰਦਾ ਹੈਗਾ। ਅਤੇ ਹੁਣ ਥੋੜ੍ਹੀ ਦੇਰ ਅਸੀਂ ਆਰਾਮ ਕਰਨੇ ਹਾਂ ਅਤੇ ਦੇਖਦੇ ਹਾਂ ਜੇ ਇਸ ਹਾਲਾਤ ਵਿੱਚ ਥੋੜ੍ਹਾ ਸੁਧਾਰ ਹੋਏਗਾ ਅਤੇ ਫਿਰ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ, ਨਹੀਂ ਤਾਂ ਫਿਰ ਵਾਪਸੀ ਲਈ ਚੱਲ ਪਾਵਾਂਗੇ ਜੇ ਗੁਰੂ ਦੀ ਇਹੀ ਮਰਜ਼ੀ ਹੋਏਗੀ। ਅਤੇ ਇੱਕ ਚੀਜ਼ ਹੋਰ ਵੀ ਮੈਨੂੰ ਇੱਥੇ ਆ ਕੇ ਪਤਾ ਲੱਗੇ ਕਿ ਨੋਰਮਲ ਲੋਕਾਂ ਦਾ ਵੀ ਜਿਹੜਾ ਇੱਥੇ ਆਕਸੀਜਨ ਲੈਵਲ ਹੈਗਾ ਉਹ ਸਭ ਦਾ 85 ਦੇ ਨੇੜੇ ਤੇੜੇ ਹੀ ਰਹਿੰਦਾ ਹੈਗਾ, ਕਿਉਂਕਿ ਇੱਥੇ ਹਾਈ ਐਲਟੀਟਿਊਡ ਹੈ ਅਤੇ ਆਕਸੀਜਨ ਕਾਫੀ ਘੱਟ ਹੈਗੀ। ਈਵਨ ਡਾਕਟਰ ਸਾਹਿਬ ਵੀ ਦੱਸ ਰਿਹਾ ਸੀ ਉਹਨਾਂ ਦਾ ਵੀ ਲੈਵਲ ਜਿਹੜਾ ਹੈ ਕਦੀ ਕਦੀ ਉੱਤੇ ਜਿਸ ਵਕਤ ਹੇਮਕੁੰਡ ਸਾਹਿਬ ਜਾਂਦੇ ਨੇ 77-78 ਵੀ ਹੋ ਜਾਂਦਾ ਹੈਗਾ। ਸੋ ਵੈਸੇ ਮੈਨੂੰ ਕੋਈ ਖਾਸ ਇੰਨੀ ਜ਼ਿਆਦਾ ਸਾਹ ਲੈਣ 'ਚ ਤਕਲੀਫ ਨਹੀਂ ਹੈਗੀ, ਲੇਕਿਨ ਜੋ ਮੀਟਰਸ ਜੋ ਦੱਸ ਰਹੇ ਨੇ ਜੋ ਵਾਈਟਲਸ ਜਿਹੜੇ ਨੇ ਉਹਦੇ ਹਿਸਾਬ ਨਾਲ ਆਕਸੀਜਨ ਮੇਰੀ 84-83 ਦੇ ਕਰੀਬ ਹੋ ਗਈ ਸੀਗੀ ਅਤੇ ਹੁਣ ਥੋੜ੍ਹੀ ਬੈਲੈਂਸ ਹੈਗੀ। ਸੋ ਅੱਗੇ ਜਿਸ ਤਰ੍ਹਾਂ ਹੋਏਗਾ ਫਿਰ ਆਪ ਜੀ ਨੂੰ ਅਸੀਂ ਅਪਡੇਟ ਕਰਾਂਗੇ। ਇਨਸਾਨ ਕੁਛ ਹੋਰ ਚਾਹੁੰਦਾ ਹੈ ਅਤੇ ਪਰਮਾਤਮਾ ਨੂੰ ਤੁਹਾਡੇ ਵਾਸਤੇ ਕੁਛ ਹੋਰ ਹੀ ਮਨਜ਼ੂਰ ਹੁੰਦਾ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹ ਵਾਹ ਰਮਜ਼ਾ ਤੇਰੀਆਂ ਵੇ ਬਾਬਾ, ਵਾਹ ਵਾਹ ਰਮਜ਼ਾ ਤੇਰੀਆਂ। ਵਾਹਿਗੁਰੂ ਜੀ, ਵਾਹਿਗੁਰੂ, ਵਾਹ ਵਾਹ ਰਮਜ਼ਾ ਤੇਰੀਆਂ ਵੇ ਬਾਬਾ, ਵਾਹ ਵਾਹ ਰਮਜ਼ਾ ਤੇਰੀਆਂ ਵੇ ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ। ਵਾਹਿਗੁਰੂ ਜੀ, ਵਾਹਿਗੁਰੂ, ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ ਬਾਬਾ ਮਿਲਣ ਦਲੇਰੀਆਂ ਵਾਹ ਰਮਜ਼ਾਨ। ਜੇ ਆਪ ਦਾ ਪਿਆਰ ਗੁਰੂ ਨਾਲ ਡੂੰਘਾ ਹੋਵੇ ਤੇ ਰੱਬ ਆਪ ਵਾਸਤੇ ਰਸਤੇ ਆਪਣੇ ਆਪ ਹੀ ਖੋਲ ਦਿੰਦਾ ਹੈ। ਅੱਜ ਜੇਕਰ ਮੈਂ ਆਪ ਜੀ ਦੇ ਨਾਲ ਹੇਮਕੁੰਡ ਸਾਹਿਬ ਦੇ ਵਿੱਚ ਆਪਣੀ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਰੂਬਰੂ ਹੋ ਸਕ ਰਿਹਾ ਹੈਗਾ ਤੇ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈਗਾ। ਇਹ ਚਮਤਕਾਰ ਉਸ ਪਰਮਾਤਮਾ ਦੀ ਮਰਜ਼ੀ ਅਤੇ ਉਸ ਪਰਮਾਤਮਾ ਦੁਆਰਾ ਦਿੱਤੀ ਗਈ ਸਾਇੰਸ ਅਤੇ ਟੈਕਨੋਲੋਜੀ ਦੀ ਵਜ੍ਹਾ ਨਾਲ ਹੀ ਹੋ ਸਕ ਰਿਹਾ ਹੈ, ਜਿਹਦੇ ਵਾਸਤੇ
ਮੈਂ ਪਰਮਾਤਮਾ ਦਾ ਕਰੋੜਾਂ ਕਰੋੜਾਂ ਵਾਰ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਤਰਸ, ਮਿਹਰ ਅਤੇ ਮਰਜ਼ੀ ਦੇ ਨਾਲ ਸਾਡੀ ਟੀਮ ਗੋਬਿੰਦ ਧਾਮ ਤੋਂ 6 ਕਿਲੋਮੀਟਰ ਦੀ ਕਠਿਨ ਚੜ੍ਹਾਈ, ਜਿਹੜੀ ਕਿ ਸਿੱਧੀ ਚੜ੍ਹਾਈ ਸੀ, ਉਹਨੂੰ ਪਾਰ ਕਰਦੇ ਹੋਏ ਕੁਛ ਘੰਟਿਆਂ ਦੇ ਵਿੱਚ ਆ ਪੁੱਜੀ ਹੈਗੀ ਉਸ ਥਾਂ 'ਤੇ ਜਿਹਨੂੰ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਤਿਹਾਸ ਵਿੱਚ ਇਸ ਥਾਂ ਦਾ ਜ਼ਿਕਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁਰਬਲੇ ਜਨਮ ਦੇ ਰੂਪ ਵਿੱਚ ਕੀਤਾ ਗਿਆ ਹੈ। ਯਾਨੀ ਕਿ ਇਹ ਉਹ ਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਨੇ ਆਪਣੇ ਪੂਰਵ ਜਨਮ ਦੇ ਵਿੱਚ, ਜਿਸ ਵਕਤ ਉਹਨਾਂ ਦਾ ਨਾਂ ਦੁਸ਼ ਦਮਨ ਸੀਗਾ, ਇਸ ਸਥਾਨ ਦੇ ਉੱਤੇ ਬੈਠ ਕੇ ਸਾਧਨਾ ਅਤੇ ਤਪੱਸਿਆ ਕੀਤੀ ਸੀਗੀ। ਇਹ ਸਾਰੀ ਕਥਾ ਦਾ ਜ਼ਿਕਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਆਪਣੀ ਆਤਮ ਕਥਾ ਵਿਚਿੱਤਰ ਨਾਟਕ ਦੇ ਵਿੱਚ ਕੁਛ ਇਸ ਪ੍ਰਕਾਰ ਨਾਲ ਕੀਤਾ ਹੈ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਵਿਧ ਮੂਹ ਆਨੋ, ਹੇਮ ਕੁੰਡ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਿਤ ਹੈ ਤਹਾਂ, ਸਪਤ ਸ੍ਰਿੰਗ ਤਹਿ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ, ਤੈ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਇਸ ਬਾਣੀ ਦੇ ਅਰਥ ਕੁਛ ਇਸ ਪ੍ਰਕਾਰ ਨਾਲ ਹਨ ਕਿ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਹੁਣ ਮੈਂ ਆਪਣੀ ਆਤਮ ਕਥਾ ਦੀ ਦਾਸਤਾਂ ਇਸ ਲੋਕ ਵਿੱਚ ਮੈਨੂੰ ਕਿਸ ਤਰ੍ਹਾਂ ਭੇਜਿਆ ਗਿਆ ਉਹਦੇ ਬਾਰੇ ਵਿੱਚ ਆਪ ਜੀ ਨੂੰ ਦੱਸਣਾ ਹਾਂ। ਜਦ ਮੈਂ ਪਰਮਾਤਮਾ ਦੇ ਧਿਆਨ 'ਤੇ ਇਸ ਸਥਾਨ ਦੇ ਉੱਤੇ ਲੀਨ ਸੀਗਾ, ਜਿੱਥੇ ਹੇਮਕੁੰਡ ਪਰਬਤ ਸੀ, ਜਿਹਦੀਆਂ 7 ਚੋਟੀਆਂ ਸਨ, ਇਸ ਪਰਬਤ ਨੂੰ 7 ਸ਼ਿਖਰਾਂ ਵਾਲਾ ਪਰਬਤ ਵੀ ਆਖਿਆ ਜਾਂਦਾ ਸੀ, ਜਿੱਥੇ ਪਾਂਡਵਾਂ ਨੇ ਵੀ ਯੋਗ ਅਭਿਆਸ ਕੀਤਾ ਸੀ, ਉੱਥੇ ਮੈਂ ਅਕਾਲ ਪੁਰਖ ਦੇ ਗਹਿਨ ਧਿਆਨ ਵਿੱਚ ਲੀਨ ਸੀ। ਮੇਰਾ ਧਿਆਨ ਚਰਮ ਸੀਮਾ 'ਤੇ ਪਹੁੰਚ ਗਿਆ ਸੀ ਅਤੇ ਅਕਾਲ ਪੁਰਖ ਦੇ ਨਾਲ ਮੈਂ ਇੱਕ ਹੋ ਚੁੱਕਿਆ ਸੀ। ਉਸ ਵਕਤ ਅਕਾਲ ਪੁਰਖ ਨੇ ਮੈਨੂੰ ਇਸ ਕਲਯੁੱਗ ਦੇ ਵਿੱਚ ਪੈਦਾ ਹੋਣ ਦਾ ਆਦੇਸ਼ ਦਿੱਤਾ। ਮੇਰੀ ਇੱਥੇ ਆਉਣ ਦੀ ਕੋਈ ਵੀ ਇੱਛਾ ਨਹੀਂ ਸੀ, ਕਿਉਂਕਿ ਮੈਂ ਉਸ ਪ੍ਰਭੂ ਦੀ ਭਗਤੀ ਵਿੱਚ ਲੀਨ ਸੀ, ਪਰ ਉਸ ਪਰਮੇਸ਼ਵਰ ਦੀ ਆਗਿਆ ਦੇ ਕਾਰਨ ਮੈਨੂੰ ਇਸ ਦੁਨੀਆਂ ਵਿੱਚ ਆਉਣਾ ਪਿਆ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ, ਦੇਖਣ ਆਇਓ ਜਗਤ ਤਮਾਸਾ, ਜਗਤ ਤਮਾਸਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਐ ਕਾਰਣ ਪ੍ਰਭ ਮੋਹੇ ਪਥਾਇਓ, ਤਬ ਮੈਂ ਜਗਤ ਜਨਮ ਤਰ ਆਇਓ, ਐ ਕਾਰਣ ਪ੍ਰਭ ਮੋਹੇ ਪਥਾਇਓ, ਤਬ ਮੈਂ ਜਗਤ ਜਨਮ ਤਰ ਆਇਓ, ਜਿਮ ਤਿਨ ਕਹੀ ਤਿਨੈ ਤਿਮ ਕਹਿਓ, ਔਰ ਕਿਸੂ ਤੇ ਬੈਰ ਨਾ ਖਾਇਓ, ਬੈਰ ਨਾ ਕਾਇਓ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ। ਸਿੰਘ ਜੀ ਆਓ, ਹੁਣ ਆਪ ਜੀ ਨਾਲ ਅਸੀਂ ਸਾਂਝਾ ਕਰਨੇ ਹੈਗੇ ਹਾਂ ਇਸ ਪਵਿੱਤਰ ਸਥਾਨ ਦਾ ਇਤਿਹਾਸ। ਭਾਈ ਵੀਰ ਸਿੰਘ ਜੀ ਦਾ ਵਰਣਨ ਪੜ੍ਹ ਕੇ ਹਵਲਦਾਰ ਮੋਦਨ ਸਿੰਘ ਜੀ, ਜਿਹੜੇ ਕਿ ਇੱਕ ਰਿਟਾਇਰਡ ਆਰਮੀ ਮੈਨ ਸੀ, ਉਹਨਾਂ ਨੇ ਇਸ ਸਥਾਨ ਨੂੰ ਖੋਜਣ ਦਾ ਨਿਸ਼ਚੈ ਕੀਤਾ। ਬਾਅਦ ਵਿੱਚ ਇਹੀ ਹਵਲਦਾਰ ਮੋਦਨ ਸਿੰਘ ਜੀ
ਬਾਬਾ ਮੋਦਨ ਸਿੰਘ ਜੀ ਦੇ ਨਾਂ 'ਤੇ ਵਿਖਿਆਤ ਹੋਏ। ਸੰਨ 1934 ਦੇ ਵਿੱਚ ਹਵਲਦਾਰ ਬਾਬਾ ਮੋਦਨ ਸਿੰਘ ਜੀ ਬਦਰੀਨਾਥ ਤੋਂ ਜਿਸ ਵਕਤ ਵਾਪਸ ਆਏ ਅਤੇ ਇੱਥੇ ਆ ਕੇ ਗੋਬਿੰਦ ਘਾਟ ਦੇ ਕੋਲ ਇੱਕ ਸਥਾਨ ਹੈ ਪਾਂਡੂਕੇਸ਼ਵਰ, ਉਸ ਥਾਂ ਦੇ ਉੱਤੇ ਉਹਨਾਂ ਨੇ ਸਥਾਨੀ ਲੋਕਾਂ ਤੋਂ ਪੁੱਛਗੁੱਛ ਕੀਤੀ ਅਤੇ ਉਹ ਜਗ੍ਹਾ ਢੂੰਢ ਲਿੱਤੀ ਜਿੱਥੇ ਰਾਜਾ ਪਾਂਡੂ ਨੇ ਤਪੱਸਿਆ ਕੀਤੀ ਸੀ। ਬਾਅਦ ਵਿੱਚ ਉਸ ਝੀਲ ਨੂੰ ਵੀ ਢੂੰਢ ਨਿਕਾਲਿਆ, ਜਿਹਦਾ ਕਿ ਭਾਈ ਵੀਰ ਸਿੰਘ ਜੀ ਨੇ ਅਤੇ ਹੋਰ ਵਿਦਵਾਨਾਂ ਨੇ ਜ਼ਿਕਰ ਕੀਤਾ ਸੀਗਾ, ਜਿਹਨੂੰ ਉਸ ਵਕਤ ਲੋਕਪਾਲ ਦੇ ਰੂਪ ਵਿੱਚ ਜਾਣਿਆ ਜਾਂਦਾ ਸੀਗਾ। ਇਸ ਥਾਂ ਦੀ ਖੋਜ ਪੜਤਾਲ ਕਰਨ ਤੋਂ ਬਾਅਦ ਬਾਬਾ ਮੋਦਨ ਸਿੰਘ ਜੀ ਨੇ ਇਹ ਸਾਰੀਆਂ ਗੱਲਾਂ ਭਾਈ ਵੀਰ ਸਿੰਘ ਜੀ ਨੂੰ ਦੱਸੀਆਂ। ਭਾਈ ਵੀਰ ਸਿੰਘ ਜੀ ਉਸ ਵਕਤ ਬਿਰਧ ਅਵਸਥਾ ਦੇ ਵਿੱਚ ਸੀਗੇ ਅਤੇ ਉਹਨਾਂ ਨੇ ਹੇਮਕੁੰਟ ਸਾਹਿਬ ਗੁਰਦੁਆਰੇ ਨੂੰ ਵਿਕਸਿਤ ਕਰਨ ਲਈ ਬਾਬਾ ਮੋਦਨ ਸਿੰਘ ਜੀ ਨੂੰ ਆਪਣੀ ਮਦਦ ਦੀ ਪੇਸ਼ਕਸ਼ ਕੀਤੀ। ਇਤਿਹਾਸ ਦੱਸਦਾ ਹੈਗਾ ਕਿ ਉਹਨਾਂ ਨੇ ਬਾਬਾ ਮੋਦਨ ਸਿੰਘ ਜੀ ਨੂੰ ਸੰਨ 1935 ਦੇ ਵਿੱਚ 2000 ਰੁਪਏ ਦਾ ਇੱਕ ਮਨੀ ਆਰਡਰ ਚਮੋਲੀ ਡਾਕਖਾਨੇ ਦੇ ਵਿੱਚ ਭੇਜਿਆ ਅਤੇ ਜਿਸ ਪੈਸੇ ਤੋਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਸਮੱਗਰੀ ਖਰੀਦੀ ਗਈ ਅਤੇ ਉਸ ਥਾਂ ਦੀ ਨੀਂਹ ਰੱਖੀ ਗਈ। ਸੰਨ 1937 ਦੇ ਵਿੱਚ ਪਹਿਲੀ ਵਾਰ ਹੇਮਕੁੰਟ ਸਾਹਿਬ ਵਿੱਚ ਇੱਕ ਛੋਟਾ ਜਿਹਾ ਕਮਰਾ ਬਣਾਇਆ ਗਿਆ ਅਤੇ ਉਸ ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਕੀਤਾ ਗਿਆ। ਉਪਰੰਤ ਸੰਨ 1960 ਵਿੱਚ ਭਾਈ ਮੋਦਨ ਸਿੰਘ ਜੀ ਨੇ ਇਸ ਥਾਂ ਦੇ ਮਿਸ਼ਨ ਨੂੰ ਅੱਗੇ ਜਾਰੀ ਰੱਖਣ ਵਾਸਤੇ ਇੱਕ 7 ਸਦੱਸੀ ਕਮੇਟੀ ਦਾ ਗਠਨ ਕੀਤਾ, ਜਿਹਨੂੰ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਹ ਟਰੱਸਟ ਅੱਜ ਵੀ ਇਸ ਥਾਂ ਦੇ ਉੱਤੇ ਸੇਵਾ ਨਿਭਾ ਰਿਹਾ ਹੈ ਅਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਤੋਂ ਲੈ ਕੇ ਗੁਰਦੁਆਰਾ ਗੋਬਿੰਦ ਘਾਟ, ਗੁਰਦੁਆਰਾ ਗੋਬਿੰਦ ਧਾਮ ਅਤੇ ਗੁਰਦੁਆਰਾ ਹੇਮਕੁੰਟ ਸਾਹਿਬ, ਸਾਰੇ ਗੁਰਦੁਆਰਾ ਸਾਹਿਬ ਦਾ ਮੈਨੇਜਮੈਂਟ ਇਹ ਟਰੱਸਟ ਹੀ ਦੇਖਦਾ ਹੈ ਅਤੇ ਇਸ ਟਰੱਸਟ ਦੀ ਦੇਖ ਰੇਖ ਦੇ ਵਿੱਚ ਹੀ ਇਹ ਸਾਰੇ ਤੀਰਥ ਯਾਤਰੀ ਇੱਥੇ ਆ ਕੇ ਦਰਸ਼ਨ ਕਰਦੇ ਨੇ। ਇਹ ਸੀਗਾ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦਾ ਵਿਸਤਾਰ ਦੇ ਵਿੱਚ ਇਤਿਹਾਸ, ਜਿਹੜਾ ਅੱਜ ਆਪ ਜੀ ਨੇ ਮੇਰੇ ਦੁਆਰਾ ਸਰਵਣ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਹੁਣ ਆਪ ਜੀ ਨਾਲ ਅਸੀਂ ਸਾਂਝ ਪਾਉਂਦੇ ਹੈਗੇ ਹਾਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਇੱਥੇ ਦੇ ਇੰਤਜ਼ਾਮ ਦੇ ਬਾਰੇ ਵਿੱਚ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਅੰਦਰ ਲੰਗਰ ਦਾ ਇੰਤਜ਼ਾਮ ਹੈਗਾ। ਇੱਥੇ ਲੰਗਰ ਦੇ ਰੂਪ ਵਿੱਚ ਖਿਚੜੀ ਅਤੇ ਚਾਹ ਦਾ ਲੰਗਰ ਹੀ ਵਰਤਾਇਆ ਜਾਂਦਾ ਹੈ। ਜਿਹੜੀ ਸੰਗਤਾਂ ਇੱਥੇ ਆ ਕੇ ਚੜ੍ਹਾਈ ਕਰਕੇ ਪੁੱਜਦੀਆਂ ਨੇ, ਇੱਥੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਪਹਿਲੇ ਲੰਗਰ ਛੱਕ ਕੇ ਹੀ ਉੱਤੇ ਜਾਂਦੀਆਂ ਨੇ। ਇੱਥੇ ਇੱਕ ਡਿਸਪੈਂਸਰੀ ਵੀ ਹੈ ਜਿੱਥੇ ਆਕਸੀਜਨ ਦਾ ਇੰਤਜ਼ਾਮ ਹੈ। ਜਿਹੜੇ ਲੋਕ ਉੱਤੇ ਚੜ੍ਹ ਕੇ ਆਉਂਦੇ ਨੇ ਅਤੇ ਉਹਨਾਂ ਦੀ ਆਕਸੀਜਨ ਅਗਰ ਘੱਟ ਹੋ ਜਾਂਦੀ ਹੈ ਅਤੇ ਇਸ ਥਾਂ ਦੇ ਉੱਤੇ ਉਹਨਾਂ ਦੇ ਆਕਸੀਜਨ ਦੇਣ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਮ ਗ੍ਰੰਥ ਦੇ 6ਵੇਂ ਅਧਿਆਏ ਵਿੱਚ ਜ਼ਿਕਰ ਆਉਂਦਾ ਹੈ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ, ਹੇਮਕੁੰਟ ਤੈ ਨਾਮ ਕਹਾਵਾ ਪੰਡ ਰਾਜ ਜਹਿ ਜੋਗ ਕਮਾਵਾ। ਗੁਰੂ ਸਾਹਿਬ ਜੀ ਇਸ ਅਸਥਾਨ ਬਾਰੇ, ਇੱਕ ਬਹੁਤ ਵੱਡਾ ਬਰਫ਼ ਦਾ ਕੁੰਡ ਜੋ ਕਿ 7 ਚੋਟੀਆਂ ਤੋਂ ਘਿਰਿਆ ਹੋਇਆ ਹੈ, ਗੁਰੂ ਸਾਹਿਬ ਨੇ ਇਸ ਅਸਥਾਨ ਬਾਰੇ ਜ਼ਿਕਰ ਕੀਤਾ ਹੈ। ਪਾਂਡਵ ਦੇ ਵੱਡ ਵਡੇਰਿਆਂ ਨੇ ਵੀ ਇਸੇ ਇਲਾਕੇ ਦੇ ਵਿੱਚ ਯੋਗ ਸਾਧਨਾ ਕੀਤੀ ਹੈ। ਹੇਮਕੁੰਟ ਸਾਹਿਬ ਜੀ ਦੀ ਯਾਤਰਾ ਹਰ ਸਾਲ
25 ਮਈ ਤੋਂ ਸ਼ੁਰੂ ਹੋ ਕੇ ਅਕਤੂਬਰ ਮਹੀਨੇ ਤੱਕ ਚੱਲਦੀ ਹੈ। ਪਰ 2 ਸਾਲ ਹੋ ਗਏ ਸੰਸਾਰ ਭਰ ਦੇ ਵਿੱਚ ਕਰੋਨਾ ਮਹਾਮਾਰੀ ਦੇ ਚਲਦੇ ਇਸ ਸਥਾਨ ਦੀ ਯਾਤਰਾ ਇਸ ਵਾਰੀ 18 ਸਤੰਬਰ ਤੋਂ ਲੈ ਕੇ 10 ਅਕਤੂਬਰ ਤੱਕ ਚੱਲਣੀ ਹੈ। 10 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਜੀ ਦੇ ਦੁਆਰ ਬੰਦ ਹੋਣ ਦੀ ਅਰਦਾਸ ਹੋਏਗੀ। ਇਹ ਯਾਤਰਾ ਦੀ ਅਰਦਾਸ ਹੋਣੀ ਹੈ ਅਤੇ ਇਸ ਯਾਤਰਾ ਬਾਰੇ ਆਪ ਜੀ ਨੂੰ ਰਿਸ਼ੀਕੇਸ਼ ਤੋਂ ਲੈ ਕੇ ਗੋਬਿੰਦ ਘਾਟ ਤੱਕ ਸੜਕ ਮਾਰਗ 'ਤੇ ਆਪਾਂ ਆ ਸਕਦੇ ਹਾਂ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਯਾਤਰੀਆਂ ਦੇ ਰਹਿਣ ਵਾਸਤੇ ਇੱਕ ਪੜਾਓ ਬਣਾਇਆ ਗਿਆ ਹੈ, ਜਿਸ ਨੂੰ ਕਈ ਜਗ੍ਹਾ 'ਤੇ ਘਾਗਰੀਆ ਵੀ ਲਿਖਿਆ ਜਾਂਦਾ ਹੈ। ਉਸ ਜਗ੍ਹਾ ਤੱਕ ਆਉਣ ਲਈ ਆਪ ਜੀ ਨੂੰ ਪੈਦਲ ਯਾਤਰਾ, ਘੋੜਾ, ਡਾਂਡੀ, ਕਾਂਡੀ ਅਤੇ ਹੈਲੀਕਾਪਟਰ ਦੀ ਵੀ ਸੁਵਿਧਾ ਚੱਲਦੀ ਹੈ। ਆਪ ਜੀ ਉੱਥੇ ਰਾਤਰੀ ਵਿਸ਼ਰਾਮ ਕਰਨ ਤੋਂ ਬਾਅਦ ਸਵੇਰੇ ਸ੍ਰੀ ਹੇਮਗੁਰੂ ਸਾਹਿਬ ਜੀ ਦੀ ਯਾਤਰਾ ਲਈ ਸ਼ੁਰੂ ਕਰਦੇ ਹਾਂ ਚੱਲਣਾ। ਸਵੇਰੇ ਸੰਗਤ ਉੱਥੋਂ ਵਾਹਿਗੁਰੂ ਵਾਹਿਗੁਰੂ ਨਾਮ ਜਪਦੀ ਹੋਈ ਗੁਰਦੁਆਰਾ ਸ੍ਰੀ ਹੇਮਗੁਰੂ ਸਾਹਿਬ ਪਹੁੰਚਦੀ ਹੈ। ਇੱਥੇ ਲੰਗਰ ਦੇ ਵਿੱਚ ਚਾਹ ਅਤੇ ਖਿਚੜੀ ਦਾ ਪ੍ਰਸ਼ਾਦ ਮਿਲਦਾ ਹੈ। ਹਰੇਕ ਮੈਨੇਜਮੈਂਟ ਟਰੱਸਟ ਨੇ ਹਰੇਕ ਗੁਰਦੁਆਰੇ ਦੇ ਵਿੱਚ ਰਹਿਣ ਦਾ ਅੱਛਾ ਪ੍ਰਬੰਧ ਕੀਤਾ ਹੋਇਆ, ਯੋਗ ਡਾਕਟਰਾਂ ਦੀ ਟੀਮ ਲਾਈ ਹੋਈ ਹੈ। ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਸਵੇਰੇ ਸੰਗਤ ਆਉਂਦੀ ਹੈ ਅਤੇ ਦਰਸ਼ਨ ਕਰਕੇ ਦੁਬਾਰੇ ਗੋਬਿੰਦ ਧਾਮ ਜਾ ਕੇ ਹੀ ਰੁਕਦੀ ਹੈ, ਕਿਉਂਕਿ ਇਸ ਜਗ੍ਹਾ 'ਤੇ ਇੰਨੇ ਯਾਤਰੀ ਰੁਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਕਿਉਂਕਿ ਇਹ ਬਹੁਤ ਹਾਈ ਐਲਟੀ 'ਤੇ ਹੈ, 15,210 ਫੁੱਟ ਹਾਈ ਐਲਟੀ 'ਤੇ ਹੈ। ਇਸੇ ਲਈ ਇੱਥੇ ਯਾਤਰੀ ਕੋਈ ਨਹੀਂ ਰੁਕਦਾ, ਸੇਵਾਦਾਰ ਸੇਵਾ ਲਈ ਰੁਕਦੇ ਹਨ। ਇਸ ਜਗ੍ਹਾ 'ਤੇ ਹਰ ਸਾਲ ਬਹੁਤ ਵੱਡੀ ਤਾਦਾਦ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਹੈ, ਜੋ ਕਿ ਆ ਕੇ ਗੁਰੂ ਪਵਿੱਤਰ ਧਾਮ ਦੇ ਦਰਸ਼ਨ ਕਰਦੀ ਹੈ। ਇੱਥੇ ਅਰਦਾਸ ਨੂੰ ਰਹਿੰਦਿਆਂ ਕਾਫੀ ਸਮਾਂ ਹੋ ਗਿਆ, ਇਹ ਵੀ ਤਜਰਬਾ ਹੋ ਗਿਆ ਹੈ ਕਿ ਸੰਗਤ ਜਿਹੜੀ ਅਰਦਾਸ ਕਰਾ ਕੇ ਜਾਂਦੀ ਹੈ, ਮੰਨਤ ਮੰਗ ਕੇ ਜਾਂਦੀ ਹੈ, ਬਹੁਤ ਸਾਰੀ ਸੰਗਤ ਇਸ ਤਰ੍ਹਾਂ ਦੀ ਆਉਂਦੀ ਹੈ ਜੋ ਕਿ ਸ਼ੁਕਰਾਨੇ ਦੀ ਅਰਦਾਸ ਆ ਕੇ ਕਰਵਾਉਂਦੀ ਹੈ। ਇੱਥੇ ਕਈ ਤਰ੍ਹਾਂ ਦੇ ਯਾਤਰੀ ਇਸ ਤਰ੍ਹਾਂ ਮਿਲਦੇ ਹੈ ਜੋ ਕਿ ਬੱਚੇ ਦੀ ਅਰਦਾਸ ਕਰਾਉਂਦੇ, 13-13 14-14 ਸਾਲਾਂ ਬਾਅਦ ਜਿਨ੍ਹਾਂ ਨੂੰ ਬੱਚਾ ਹੁੰਦਾ ਉਹ ਪਰਮਾਤਮਾ ਦੀ ਇੱਥੇ ਦੀ ਮੰਨਤ ਪੂਰੀ ਕਰਾ ਕੇ ਗੁਰੂ ਮਹਾਰਾਜ ਦੀ ਖੁਸ਼ੀਆਂ ਲੈਂਦੇ ਹੈ। ਇਹ ਅਸਥਾਨ ਤੇ ਸਰੋਵਰ ਦੇ ਵਿੱਚ ਆ ਕੇ ਸਭੀ ਇਸ਼ਨਾਨ ਕਰਦੇ ਹੈ। ਇਸ ਵਾਰੀ ਸ਼ਾਸਨ ਪ੍ਰਸ਼ਾਸਨ ਦੀ ਕੁਛ ਗਾਈਡਲਾਈਨ ਹਨ, ਉਹਨਾਂ ਦਾ ਦੇਖਦੇ ਹੋਏ ਸੰਗਤ ਨੂੰ ਬੇਨਤੀ ਕਰਦੇ ਹੈ ਵੀ ਆਪਾਂ ਸ਼ਾਸਨ ਪ੍ਰਸ਼ਾਸਨ ਤੇ ਮੈਨੇਜਮੈਂਟ ਦਾ ਵੀ ਸਹਿਯੋਗ ਕਰਨਾ ਹੈ ਅਤੇ ਸਾਰੀ ਆਪਣੀ ਸੁਵਿਧਾਵਾਂ ਨੂੰ ਦੇਖਦੇ ਹੋਏ ਹੀ ਯਾਤਰਾ ਕਰਨੀ ਹੈ। ਅੱਜ ਇਸ ਜਗ੍ਹਾ ਤੇ ਮੈਂ ਧੰਨਵਾਦ ਕਰਾਂਗਾ ਟਰਬਨ ਟਰੈਵਲ ਵਾਲਿਆਂ ਦਾ, ਜੋ ਕਿ ਘਰ ਬੈਠਿਆਂ ਨੂੰ ਵੀ ਇਸ ਸਥਾਨ ਦੇ ਦਰਸ਼ਨ ਕਰਾ ਰਹੇ ਹਨ। ਇਹ ਚੈਨਲ ਰਾਹੀਂ ਕੁਛ ਸੰਗਤ ਜਿਹੜੀ ਨਹੀਂ ਆ ਸਕਦੀ, ਘਰ ਬੈਠੇ ਵੀ ਦਰਸ਼ਨ ਕਰ ਰਹੀ ਹਨ ਅਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਾਂਗਾ। ਇਹਨਾਂ ਦੀ ਮਹਾਰਾਜ ਅੱਗੇ ਅਰਦਾਸ ਕਰਾਂ, ਚੜ੍ਹਦੀ ਕਲਾ ਦੀ, ਜੋ ਇਸ ਸਥਾਨ ਦੇ ਸਾਰੀ ਸੰਗਤ ਨੂੰ ਦਰਸ਼ਨ ਕਰਾ ਰਹੇ ਹਨ। ਇਸ ਸਥਾਨ ਦੇ ਉੱਤੇ ਆਕਸੀਜਨ ਦੀ ਘਾਟ ਕਰਕੇ ਅਤੇ ਸੇਫਟੀ ਰੀਜ਼ਨਸ ਕਰਕੇ ਰਾਤ ਰਹਿਣ ਦਾ ਇੰਤਜ਼ਾਮ ਨਹੀਂ ਹੈਗਾ। ਜਿਹੜੇ ਗ੍ਰੰਥੀ ਸਾਹਿਬ ਜਾਂ ਗਿਆਨੀ ਜੀ ਉੱਥੇ ਰੁਕਦੇ ਵੀ ਨੇ, ਜਿਹੜੇ 2-3 ਬੰਦੇ, ਉਹਨਾਂ ਨੂੰ ਵੀ ਰਾਤ ਸਰੋਵਰ ਵਾਲੇ ਪਾਸੇ ਜਾਣ ਦਾ ਹੁਕਮ ਨਹੀਂ ਹੈ। ਸੰਗਤ ਜੀ, ਹੁਣ ਆਪ ਜੀ ਦਰਸ਼ਨ ਕਰ ਰਹੇ ਹੈਗੇ ਉਹ ਅਨੋਖੇ ਵਿਲੱਖਣ ਅਤੇ ਪਵਿੱਤਰ ਬ੍ਰਹਮ ਕਮਲ ਨਾਂ ਦੇ ਫੁੱਲ ਦੀ, ਜਿਹੜਾ ਕਿ ਹੇਮਕੁੰਡ ਸਾਹਿਬ ਦੇ ਸਰੋਵਰ ਦੇ ਦੂਸਰੇ ਪਾਸੇ ਪਹਾੜੀ ਦੇ ਤਲੇ ਦੇ ਵਿੱਚ ਸਰੋਵਰ ਦੇ ਕੰਢੇ ਦੇ ਉੱਤੇ ਦੇਖਣ ਨੂੰ ਮਿਲਦਾ ਹੈਗਾ। ਇਸ ਫੁੱਲ ਦਾ ਇਤਿਹਾਸ ਰਾਮਾਇਣ ਕਾਲ ਦੇ ਵਿੱਚ ਬ੍ਰਹਮਾ ਜੀ ਦੇ ਨਾਲ ਜੁੜਿਆ ਹੋਇਆ ਹੈ।
ਹਿੰਦੂ ਮਾਨਤਾ ਦੇ ਅਨੁਸਾਰ ਬ੍ਰਹਮ ਕਮਲ ਬ੍ਰਹਮਾ ਜੀ ਦਾ ਪ੍ਰਿਯ ਫੁੱਲ ਸੀਗਾ, ਜਿਹਦੇ ਉੱਤੇ ਉਹ ਆਪਣਾ ਆਸਣ ਲਗਾ ਕੇ ਬੈਠਿਆ ਕਰਦੇ ਸੀਗੇ। ਇਤਿਹਾਸ ਵਿੱਚ ਇਹਦਾ ਸੰਬੰਧ ਲਕਸ਼ਮਣ ਜੀ ਦੇ ਨਾਲ ਵੀ ਜੁੜਿਆ ਹੋਇਆ ਹੈਗਾ। ਜਿਸ ਵਕਤ ਲਕਸ਼ਮਣ ਜੀ ਸੰਜੀਵਨੀ ਬੋਟੀ ਦੇ ਨਾਲ ਠੀਕ ਹੋਣ ਤੋਂ ਬਾਅਦ ਮੁਰਛਾ ਤੋਂ ਬਾਹਰ ਆਏ ਸੀਗੇ, ਅਤੇ ਬ੍ਰਹਮਾ ਜੀ ਨੇ ਸਵਰਗ ਲੋਕ ਤੋਂ ਉਸ ਵਕਤ ਫੁੱਲਾਂ ਦੀ ਵਰਖਾ ਕੀਤੀ ਸੀਗੀ, ਅਤੇ ਹਿੰਦੂ ਮਾਨਤਾ ਵਿੱਚ ਇਸ ਤਰ੍ਹਾਂ ਲਿਖਿਆ ਹੈਗਾ ਕਿ ਉਹ ਫੁੱਲ ਜਿਹੜੇ ਉਸ ਵਕਤ ਸਵਰਗ ਤੋਂ ਬਰਸਾਏ ਗਏ ਸੀਗੇ ਉਹ ਬ੍ਰਹਮ ਕਮਲ ਹੀ ਸੀਗੇ। ਇਸ ਸਥਾਨ ਦੇ ਉੱਤੇ ਇੱਕ ਹੋਰ ਅਨੋਖੀ ਚੀਜ਼ ਦੇਖਣ ਨੂੰ ਮਿਲਦੀ ਹੈਗੀ, ਉਹ ਹੈਗੀ ਹੇਮਕੁੰਟ ਸਾਹਿਬ ਜੀ ਦੇ ਪਵਿੱਤਰ ਸਰੋਵਰ ਦੇ ਵਿੱਚ ਪਾਣੀ ਦੇ ਅੰਦਰ ਪੈਰਾਂ ਦੇ ਨਿਸ਼ਾਨ। ਇਸ ਵੱਡੇ ਪੈਰਾਂ ਦੇ ਨਿਸ਼ਾਨਾਂ ਦੇ ਬਾਰੇ ਵਿੱਚ ਲੋਕਾਂ ਦਾ ਅਲੱਗ ਅਲੱਗ ਮਤ ਹੈ। ਕੁਛ ਲੋਕਾਂ ਦਾ ਇਹ ਆਖਣਾ ਹੈਗਾ ਕਿ ਇਹ ਪੈਰਾਂ ਦੇ ਨਿਸ਼ਾਨ ਪੂਰਵ ਕਾਲ ਦੇ ਵਿੱਚ ਲਕਸ਼ਮਣ ਜੀ ਦੇ ਸੀਗੇ, ਜਿਹਦੇ ਵਿੱਚ ਇੱਕ ਨਿਸ਼ਾਨ ਸਰੋਵਰ ਦੇ ਇੱਕ ਕੰਢੇ 'ਤੇ ਹੈ ਅਤੇ ਦੂਸਰਾ ਸਰੋਵਰ ਦੇ ਦੂਸਰੇ ਕੰਢੇ 'ਤੇ ਹੈ। ਗੁਰਦੁਆਰਾ ਸਾਹਿਬ ਦੇ ਠੀਕ ਨਾਲ ਲਕਸ਼ਮਣ ਜੀ ਦਾ ਇੱਕ ਮੰਦਰ ਵੀ ਸਥਾਪਿਤ ਹੈ ਜਿਹਨੂੰ ਲੋਕਪਾਲ ਦੇ ਨਾਂ 'ਤੇ ਜਾਣਿਆ ਜਾਂਦਾ ਹੈ। ਗੁਰੂ ਦੀ ਬੜੀ ਮਿਹਰ, ਬੜੀ ਤਰਸ, ਬੜੀ ਬਖਸ਼ਿਸ਼ ਹੋਈ ਕਿ ਅਸੀਂ ਇਸ ਸਥਾਨ ਦੇ ਦਰਸ਼ਨ ਕਰ ਸਕੇ ਅਤੇ ਨਾਲ ਹੀ ਇਸ ਸਥਾਨ ਦੇ ਦਰਸ਼ਨ ਆਪ ਜੀ ਨੂੰ ਕਰਾ ਸਕੇ। ਸਾਡੀ ਟੀਮ ਇਸ ਵਕਤ ਬਹੁਤ ਥੱਕੀ ਹੋਈ ਹੈਗੀ ਅਤੇ ਹੁਣ ਅਸੀਂ ਚਾਲੇ ਪਾਵਾਂਗੇ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਤੋਂ ਸਿੱਧਾ ਗੁਰਦੁਆਰਾ ਗੋਬਿੰਦ ਧਾਮ ਹੁੰਦੇ ਹੋਏ ਉਸ ਸਥਾਨ ਦੇ ਉੱਤੇ ਪੁੱਜਣ ਦੇ ਵਾਸਤੇ ਜਿੱਥੇ ਕਿ ਅਸੀਂ ਆਪਣੀ ਗੱਡੀ ਖੜ੍ਹੀ ਕੀਤੀ ਸੀ, ਜਿਹੜਾ ਸਥਾਨ ਗੁਰਦੁਆਰਾ ਗੋਬਿੰਦ ਘਾਟ ਤੋਂ 4 ਕਿਲੋਮੀਟਰ ਪਹਿਲੇ ਆਉਂਦਾ ਹੈ। ਮੌਸਮ ਠੀਕ ਹੈ, ਬਾਦਲ ਛਾਏ ਹੋਏ ਨੇ ਅਤੇ ਉਮੀਦ ਕਰਨੇ ਆ ਜੇ ਗੁਰੂ ਦੀ ਮਿਹਰ ਰਹੀ ਤਾਂ ਰਾਤ ਤੱਕ ਅਸੀਂ ਉਸ ਸਥਾਨ ਦੇ ਉੱਤੇ ਪੁੱਜ ਜਾਵਾਂਗੇ ਜਿੱਥੇ ਸਾਡੀ ਗੱਡੀ ਖਲੋਤੀ ਹੈ। ਵਾਹਿਗੁਰੂ ਜੀ ਵਾਵਾ ਰਮਜ਼ਾ ਤੇਰੀਆਂ ਵੇ ਬਾਬਾ ਵਾਵਾ ਰਮਜ਼ਾ ਤੇਰੀਆਂ ਵਾਹਿਗੁਰੂ ਜੀ ਵਾਹਿਗੁਰੂ ਵਾਵਾ ਰਮਜ਼ਾ ਤੇਰੀਆਂ ਵੇ ਬਾਬਾ ਵਾਵਾ ਰਮਜ਼ਾ ਤੇਰੀਆਂ ਵੇ ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ ਵਾਹਿਗੁਰੂ ਜੀ ਵਾਹਿਗੁਰੂ। ਆਖਿਰਕਾਰ ਅਸੀਂ ਉਸ ਥਾਂ ਦੇ ਉੱਤੇ ਆ ਹੀ ਪੁੱਜੇ ਜਿੱਥੇ ਸਾਡੀ ਗੱਡੀ ਪਾਕ ਸੀਗੀ ਅਤੇ ਹੁਣ ਅਸੀਂ ਆਪਣੀ ਗੱਡੀ ਦੇ ਵਿੱਚ ਬੈਠ ਕੇ ਚਾਲੇ ਪਾ ਚੁੱਕੇ ਹੈਗੇ ਹਾਂ ਠੀਕ ਤੁਹਾਡੇ ਸਾਹਮਣੇ ਉਸ ਥਾਂ ਦੇ ਉੱਤੇ ਪੁੱਜਣ ਵਾਸਤੇ ਜਿਹਨੂੰ ਗੋਬਿੰਦ ਘਾਟ ਦੇ ਨਾਂ 'ਤੇ ਜਾਣਿਆ ਜਾਂਦਾ ਹੈਗਾ। ਮੇਰੇ ਖੱਬੇ ਪਾਸੇ ਆਪ ਜੀ ਦਰਸ਼ਨ ਕਰ ਸਕਦੇ ਹੈਗੇ ਹੋ। ਇਸ ਵਕਤ ਸ਼ਾਮਾਂ ਦਾ ਵਕਤ ਹੈ, ਹਨੇਰਾ ਪੈਣ ਵਾਲਾ ਹੈਗਾ, ਬੱਤੀਆਂ ਜਲ ਚੁੱਕੀਆਂ ਨੇ। ਗੁਰਦੁਆਰਾ ਸਾਹਿਬ ਦੂਰੋਂ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਹੈਗਾ। ਗੁਰਦੁਆਰਾ ਸਾਹਿਬ ਦੀ ਬੱਤੀਆਂ, ਗੁਰਦੁਆਰਾ ਸਾਹਿਬ ਦੇ ਕਮਰੇ, ਖੱਬੇ ਹੱਥ ਦੀ ਉਹ ਪਾਰਕਿੰਗ ਜਿਹੜੀ ਤੁਹਾਨੂੰ ਇਸ ਵਕਤ ਨਜ਼ਰ ਆ ਰਹੀ ਹੈਗੀ। ਸਾਹਮਣੇ ਉਹ ਇਤਿਹਾਸਿਕ ਪੁੱਲ ਹੈ ਜਿਹੜਾ ਕਿ ਗੋਬਿੰਦ ਘਾਟ ਨੂੰ ਉੱਤੇ ਜਾਣ ਵਾਲੇ ਰਸਤੇ ਨਾਲ ਜੋੜਦਾ ਹੈਗਾ ਅਤੇ ਅਸੀਂ ਹੁਣ ਉਹ ਪੁੱਲ ਪਾਰ ਕਰਨ ਲੱਗੇ ਹੈਗੇ ਹਾਂ। ਜਿਉਂਦਿਆਂ ਦੇ ਵਿੱਚ ਕਰਿਆ ਸੀ ਜੋਸ਼ ਐਸਾ ਭਰਿਆ ਸੀ। ਉਹ ਪੁੱਲ ਪਾਰ ਕਰਦੇ ਸਾਥ ਹੀ ਖੱਬੇ ਹੱਥ ਨੂੰ ਤੁਹਾਨੂੰ ਦਰਿਆ ਨਜ਼ਰ ਆਉਂਦਾ ਹੈ ਜਿਹਦੇ ਉੱਤੇ ਇਹ ਪੁੱਲ ਬਣਿਆ ਹੋਇਆ ਹੈ ਅਤੇ ਨਾਲ ਹੀ ਤੁਹਾਨੂੰ ਇਸ ਸਥਾਨ ਦੇ ਉੱਤੇ ਬੜੇ ਸਾਰੇ ਨਿਸ਼ਾਨ ਸਾਹਿਬ ਇੱਕ ਲਾਈਨ ਵਿੱਚ ਲੱਗੇ ਹੋਏ ਨਜ਼ਰ ਆਉਂਦੇ ਨੇ। ਥੱਲੇ ਗੁਰਦੁਆਰਾ ਸਾਹਿਬ ਇੱਥੋਂ ਸਾਫ਼ ਨਜ਼ਰ ਆਉਂਦਾ ਪਿਆ ਹੈ। ਇਹ ਉਹੀ ਪੁੱਲ ਹੈ ਜਿਹੜਾ ਕਿ ਅਸੀਂ ਉੱਤੇ ਜਾਣ ਲਈ ਪਾਰ ਕੀਤਾ ਸੀਗਾ। ਇਸ ਸਥਾਨ ਦੇ ਉੱਤੇ ਪੁਲਿਸ ਦੀ ਚੈੱਕ ਪੋਸਟ ਬਣੀ ਹੋਈ ਹੈ ਅਤੇ ਇਸ ਸਥਾਨ ਨੂੰ ਪਾਰ ਕਰਨ ਵਾਸਤੇ ਸਿਰਫ ਇੱਥੇ ਦੀ ਆਥੋਰਾਈਜ਼ ਗੱਡੀਆਂ ਹੀ ਜਾ ਸਕਦੀਆਂ ਨੇ।
ਤੇ ਖਾਸ ਤੌਰ ਤੇ ਜਿਹੜੀ ਇੱਥੇ ਦੀ ਟੈਕਸੀਆਂ ਨੇ ਉਹਨਾਂ ਨੂੰ ਉੱਤੇ ਜਾਣ ਦੀ ਪਰਮਿਸ਼ਨ ਹੈਗੀ। ਵਾਹਿਗੁਰੂ ਜੀ ਵਾ ਵਾ ਰਮਜ਼ਾ ਤੇਰੀਆਂ ਵੇ ਬਾਬਾ ਵਾ ਵਾ ਰਮਜ਼ਾ ਤੇਰੀਆਂ ਵਾਹਿਗੁਰੂ ਜੀ ਵਾਹਿਗੁਰੂ ਵਾ ਵਾ ਰਮਜ਼ਾ ਤੇਰੀਆਂ ਵੇ ਬਾਬਾ ਵਾ ਵਾ ਰਮਜ਼ਾ ਤੇਰੀਆਂ ਵੇ ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ ਵਾਹਿਗੁਰੂ ਜੀ ਵਾਹਿਗੁਰੂ ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ ਬਾਬਾ ਮਿਲਣ ਦਲੇਰੀਆਂ ਵਾ ਵਾ ਰਮਜ਼ਾ ਵਾ ਵਾ ਰਮਜ਼ਾ ਤੇਰੀਆਂ ਵੇ ਬਾਬਾ ਵਾ ਵਾ ਰਮਜ਼ਾ ਤੇਰੀਆਂ ਵਾ ਵਾ ਰਮਜ਼ਾ ਤੇਰੀਆਂ ਵੇ ਬਾਬਾ ਵਾ ਵਾ ਰਮਜ਼ਾ। ਗੁਰਦੁਆਰਾ ਸਾਹਿਬ ਪੁੱਜਣ ਤੋਂ ਪਹਿਲੇ ਰਾਈਟ ਸਾਈਡ ਨੂੰ ਤੁਸੀਂ ਪਾਰਕਿੰਗ ਦੇਖ ਰਹੇ ਹੈਗੇ ਹੋ। ਇਹ ਪਾਰਕਿੰਗ ਕ੍ਰੋਸ ਕਰਦੇ ਹੀ ਸਾਹਮਣੇ ਗੁਰਦੁਆਰਾ ਸਾਹਿਬ ਆਪ ਜੀ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਉੱਥੇ ਪਹੁੰਚ ਕੇ ਅਸੀਂ ਇੱਕ ਸੋਹਣਾ ਜਿਹਾ ਜਕਾਰਾ ਛੱਡਾਂਗੇ ਅਤੇ ਗੁਰੂ ਦਾ ਸ਼ੁਕਰੀਆ ਅਦਾ ਕਰਾਂਗੇ ਕਿ ਉਹਦੀ ਮਿਹਰ ਦੇ ਨਾਲ, ਉਹਦੀ ਮਰਜ਼ੀ ਦੇ ਨਾਲ ਅਸੀਂ ਇਹ ਯਾਤਰਾ ਪੂਰੀ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਸਾਹਿਬ ਪਹੁੰਚਣ 'ਤੇ ਗੁਰਦੁਆਰਾ ਸਾਹਿਬ ਦੇ ਟਰੱਸਟੀ ਅਤੇ ਨਾਲ ਹੀ ਇੱਥੇ ਦੇ ਸੈਕਟਰੀ ਟੀਟੂ ਵੀਰ ਜੀ ਨੇ ਬੜੇ ਗਰਮ ਜੋਸ਼ੀ ਨਾਲ ਸਾਡਾ ਸਵਾਗਤ ਕੀਤਾ, ਸਾਨੂੰ ਸਰੋਪੇ ਨਾਲ ਨਵਾਜ਼ਿਆ, ਇੱਕ ਮੋਮੈਂਟਮ ਦਿੱਤਾ ਗੁਰਦੁਆਰਾ ਸਾਹਿਬ ਦਾ, ਅਤੇ ਨਾਲ ਹੀ ਘਰ ਲਿਜਾਣ ਵਾਸਤੇ ਪਿੰਨੀ ਪ੍ਰਸ਼ਾਦ ਵੀ ਦਿੱਤਾ, ਜਿਹਦੇ ਕਰਕੇ ਅਸੀਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਹੈਗੇ ਹਾਂ। ਹੁਣ ਅੱਗੇ ਦੇ ਵਾਸਤੇ ਅਸੀਂ ਚਾਲੇ ਪਾ ਰਹੇ ਹੈਗੇ ਹਾਂ। ਕੱਲ੍ਹ ਜਿਹੜੀ ਸਥਾਨ 'ਤੇ ਉਸੇ ਆਪ ਜੀ ਨੂੰ ਲੈ ਕੇ ਚੱਲਾਂਗੇ ਉਹ ਹੋਏਗਾ ਉਹ ਸਥਾਨ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ, ਯਾਨੀ ਕਿ ਪਟਨਾ ਸਾਹਿਬ। ਅਤੇ ਕੱਲ੍ਹ ਤੱਕ ਲਈ ਤੁਸੀਂ ਇੰਤਜ਼ਾਰ ਕਰੋ ਅਤੇ ਦੇਖਦੇ ਰਹੋ ਸਾਡੀ ਇਹ ਜਰਨੀ, ਸਪਿਰਚੁਅਲ ਜਰਨੀ ਆਫ ਦਾ ਟਰਬਨ ਟਰੈਵਲਰ, ਯਾਤਰਾ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਾਡੇ ਯੂਟਿਊਬ ਚੈਨਲ ਦਾ ਟਰਬਨ ਟਰੈਵਲਰ 'ਤੇ ਅਤੇ ਨਾਲ ਹੀ PTC ਸਿਮਰਨ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਉਂਦਿਆਂ ਦੇ ਵਿੱਚ ਕਰਿਆ ਸੀ ਜੋਸ਼ ਐਸਾ ਭਰਿਆ ਸੀ ਵਾਹਿਗੁਰੂ ਜੀ ਵਾਹਿਗੁਰੂ ਕਰ ਕੋਈ ਨਾ ਸਕਦਾ ਓ ਜੋ ਤੁਸਾਂ ਨੇ ਕਰਿਆ ਸੀ ਜੀ ਗੁਰੂ ਗ੍ਰੰਥ ਚੋਂ ਜੀ ਤੇਰੇ ਪੰਥ ਚੋਂ।